ਪਾਇਨ ਅੰਦਰ ਆ ਕੇ ਬਹਿ ਜਾਓ। ਮੈਨੂੰ ਉਸ ਬੰਦੇ ਨਾਲ ਮਿਲਾ ਜਿਸ ਨਾਲ ਗੱਲ ਕੀਤੀ ਸੀ, ਮੈਂ ਕਿਹਾ ਬੈਠੋ ਸੋਣਿਓ, ਮੈਂ ਵੀ ਤੁਹਾਨੂੰ ਉਹਦੇ ਨਾਲ ਮਿਲਾਉਣ ਲਈ ਬੜਾ ਬੇਕਰਾਰ ਸੀ, ਉਹ ਵੀ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ, ਕੋਈ ਚੰਗੀ ਗੱਲ ਕਰੂਗਾ। ਚਲੋ ਚਲੋ ਉਹਦਾ ਆਪਸ਼ਨ ਵੀ ਆ। ਐਡਾ ਕੋ ਨੇਕ ਇਨਸਾਨ ਹੈ ਕਿ ਦੇਖਦਾ ਅੱਗੇ ਤੇ ਦੇਖਦਾ ਪਿੱਛੇ। ਇੱਕ ਮਿੰਟ ਇਹ ਦੇਖ, ਉੜਾਓ ਬੇਟਾ ਕਿਸਕੋ ਪਕੜਾ ਹੈ, ਆਹ ਤੇਰੀ ਗੱਲ ਕਰਦਾ ਪਿਆ, ਹੁਣ ਉਰਾ ਆ ਵੀ ਜਾ। ਕੀ ਪਟਾ ਖਦਮ ਬੁਖਤ ਕੜਿੰਬਾ, ਤੂੰ ਤਾਂ ਐਵੇਂ ਡਰੀ ਜਾਣਾ, ਮੈਂ ਤੈਨੂੰ ਅੱਗੇ ਸ਼ਾਇਦ ਹੋਣੀ ਆ, ਵੇਖ ਆ ਮੇਰੀ ਸਾਰੀ ਬਲੈਕ ਮਨੀ ਆ ਜਿਹੜੀ ਮੈਂ ਕਿੰਨੀ ਮਿਹਨਤ ਨਾਲ ਕਮਾਈ ਆ, ਤੇ ਤੂੰ ਐਫ ਬੀ ਆਈ ਦਾ ਬੰਨਾ, ਮੈਂ ਚਾਹੁੰਦਾ ਤੂੰ ਇਹਨੂੰ ਵਾਈਟ ਮਨੀ ਕਰ ਦਿੰਦਾ ਤੇ ਮੈਂ ਧਮਾਲਾ ਪਾਨਾ ਨਹੀਂ ਤੱਕਾਂ, ਤੇ ਇੱਕ ਦੇ ਤੇਰੇ ਨਾਮ ਦੀ ਸੋਚਦਾ ਦੇ ਹੀ ਦਾਂਗੇ, ਕੀ ਖਿਆਲ ਆ ਤੇਰਾ, ਕਰ ਦਿਆਂ ਮੈਂ ਕਭੀ ਗੰਦੇ ਕਾਮ ਕੋ ਹਾਥ ਨਹੀਂ ਲਗਾਤਾ ਸੂਰੀਆ, ਖਬਰਦਾਰ ਜੇ ਅੱਗੇ ਤੋਂ ਦੁਬਾਰਾ ਤੂੰ ਮੈਨੂੰ ਇਹੋ ਜਿਹੀ ਗੱਲ। ਚਲੋ ਠੀਕ ਆ, ਦੋ ਦੇਗਾ ਦੇ ਦਿਆਂਗੇ, ਓਕੇ। ਵਿੱਚ ਮਿੱਠੇ ਚੌਲ ਵੀ ਕਰੇਗਾ ਕਿ ਲੂਣੇ ਹੀ? ਇੱਕ ਲੂਣੇ ਦੀ ਕਰ ਲਾਂਗੇ ਤੇ ਇੱਕ ਮਿੱਠੇ ਦੀ ਕਰ ਲਾਂਗੇ, ਕੈਸਾ? ਓਕੇ, ਆਫਿਸ ਜਾ ਕੇ ਕੁਝ ਸੋਚੂੰਗਾ। ਹੈ ਹਜੇ ਵੀ ਸੋਚੂਗਾ? 12,000 ਰੁਪਏ ਦਾ ਇਹ ਤਾਂ ਮੈਂ ਨੁਕਸਾਨ ਕਰ ਲਾਂ, ਤੇ ਕਹਿੰਦਾ ਅਭੀ ਵੀ ਸੋਚੂਗਾ। ਨਵਾਬ ਸ਼ਰੀਫ ਸਾਹਿਬ ਅੱਜ ਖਾਣੇ 'ਚ ਹੀ ਖਾਣਾ ਜੇ ਮੈਂ ਪੁੱਛਣ ਆਏ ਸੀ। ਜੋ ਮਰਜ਼ੀ ਬਾ, ਮੇਰੇ ਵੱਲੋਂ ਭਾਵੇਂ ਮਰ ਜਾ ਜਾ। ਚਲੋ ਜਵੇਰੀਆ, ਅਬ ਆਪਣੇ ਅਸਲੀ ਰੂਪ ਮੇਂ ਆ ਜਾਓ।